ਪਾਪਾ ਤੁਸੀਂ ਰੀੜ ਦੀ ਹੱਡੀ ਦੀ ਹੁਣ ਫਰੈਸੀ ਕੀਤੀ ਸੀ ਨਾ, ਤੋ ਮੇਰੇ ਬਹੁਤ ਜ਼ਿਆਦਾ ਤਕਲੀਫ 1 ਸਾਲ ਤੋਂ ਹੀ, ਜਦੋਂ ਮੈਂ ਇੱਕ ਮਿਸਕਿੰਟ ਵੀ ਨਹੀਂ ਬਹਿ ਸਕਦੀ, ਭਾਰਾਂ ਪਾ ਤੇ ਇੱਥੋਂ ਤੱਕ ਦਰਦ ਆਉਂਦੀ ਸੀ, ਤੇ ਹੁਣ ਤੁਸੀਂ ਫਰਫੈਸੀ ਕੀਤੀ, ਮੈਂ ਬੈਠ ਕੇ ਵੀ ਵੇਖਿਆ 2 ਮਿੰਟ, ਬਿਲਕੁਲ, ਹਾਂਜੀ ਬਿਲਕੁਲ ਵੀ ਦਰਦ ਨਹੀਂ ਹੈਗੀ, ਤੇ ਥਾਇਰਾਇਡ ਦੀ ਵੀ ਪ੍ਰੋਬਲਮ ਸੀ, ਮੇਰੇ ਕੋਲ ਉੱਚੀ ਆਵਾਜ਼ ਵੀ ਨਹੀਂ ਨਿਕਲਦੀ, ਤੋ ਮੈਂ ਹੁਣ ਪੂਰੀ ਤਰ੍ਹਾਂ ਆਵਾਜ਼ ਵੀ ਕੱਢੀ ਹੈ। ਵਾਓ 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 ਵਾਓ, ਹਲੇਲੂਯਾ। ਆ ਬੈਠ ਕੇ ਝੁੱਕਰ ਦਿਖਾਓ ਥੋੜਾ, ਐਦਾਂ ਆਪ 1 ਸੈਕਿੰਡ ਵੀ ਬੈਠ ਨਹੀਂ ਸਕਤੇ ਥੇ, ਆਪਕੋ ਮਾਈਕ ਰੱਖੋ, ਬੁੱਧੀ ਰੱਖੋ, ਪੂਰੀ ਚੀਸਾਂ ਪੈਂਦੀਆਂ ਸੀ ਜਦੋਂ ਮੈਂ ਇੱਦਾਂ ਬੈਠਦੀ ਹਾਂ, 1 ਸਕਿੰਟ ਵੀ ਨਹੀਂ, ਹੁਣ ਮੈਂ ਪੂਰੀ ਤਰ੍ਹਾਂ ਬੈਠ ਸਕਦੀ। ਵੈਰੀ ਗੁੱਡ, ਵੈਰੀ ਗੁੱਡ, ਤਾਰੀਫ ਕਰੋ।